ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ, ਜਿਸ ਦੇ ਚੱਲਦਿਆਂ ਚੌਧਰੀ ਸੰਤੋਖ ਸਿੰਘ ਵੱਲੋਂ ਗਰਾਇਆਂ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਚੌਧਰੀ ਸੰਤੋਖ ਸਿੰਘ ਨੇ ਭਾਜਪਾ ਦੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਭਾਜਪਾ ਨੇ ਆਪਣੇ ਕਾਰਜਕਾਲ ਦੌਰਾਨ ਲੋਕ ਵਿਰੋਧੀ ਫੈਸਲੇ ਲਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਚੋਣ ਪ੍ਰਚਾਰ ਦੌਰਾਨ ਇਲਾਕੇ ਦੇ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਸੰਜੇ ਅਟਵਾਲ, ਮਨੀਸ਼ ਜੈਨ, ਕੌਂਸਲਰ ਰਵਿੰਦਰਪਾਲ ਸਿੰਘ ਰਿੰਕੂ, ਕੌਂਸਲਰ ਰਾਜੀਵ ਪੁੰਜ ਬਿੱਟੂ, ਕੌਂਸਲਰ ਰੌਸ਼ਨ ਲਾਲ ਬਿੱਟੂ, ਰਾਮ ਲੁਬਾਇਆ ਪੁੰਜ, ਅਨਿਲ ਜੋਸ਼ੀ, ਹਰਬੰਸ ਮਹਿਮੀ, ਰਾਕੇਸ਼ ਦੁੱਗਲ, ਕੌਂਸਲਰ ਬਲਜਿੰਦਰ ਕੁਮਾਰ ਕਾਲਾ, ਕੌਂਸਲਰ ਜਸਵਿੰਦਰ ਸਿੰਘ ਜੀਵਨ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸ਼ਹਿਰ ਵਾਸੀ ਮੌਜੂਦ ਸਨ। ਕਾਂਗਰਸ ਪਾਰਟੀ ਦੇ ਇਲੈਕਸ਼ਨ ਆਫਿਸ ਦਾ ਉਦਘਾਟਨ ਹੋਇਆ ਔਰ ਇਸ ਮੌਕੇ 'ਤੇ ਹਲਕਾ ਇੰਚਾਰਜ ਕਾਂਗਰਸ ਦੇ ਉੱਘੇ ਲੀਡਰ ਕੈਪਟਨ ਆਪਣੇ ਵਿਕਰਮ ਚੌਧਰੀ ਔਰ ਇੱਥੇ ਦੇ ਸਾਰੇ ਹੀ ਨਸਲੀ ਕਮਿਸ਼ਨਰ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਪੰਚ ਸਰਪੰਚ ਇਕੱਠੇ ਹੋਏ ਔਰ ਸਾਡੇ ਕੌਂਸਲ ਦੇ ਪ੍ਰਧਾਨ ਕਮਲਦੀਪ ਬਿੱਟੂ ਔਰ ਬਲੋਕ ਕਾਂਗਰਸ ਦੇ ਪ੍ਰਧਾਨ ਸੁਖਰ ਸਾਹਿਬ ਉਹਨਾਂ ਦੇ ਨਾਲ ਬਹੁਤ ਵਾਰੀ ਗਿਣਤੀ ਸਾਰੇ ਵਰਕਰ ਔਰ ਦੂਸਰੇ ਸਾਥੀ ਇਕੱਠੇ ਹੋਏ ਹਨ ਔਰ ਸਾਰਿਆਂ ਨੇ ਇਹ ਸੰਕਲਪ ਕੀਤਾ ਕਿ ਪਹਿਲਾਂ ਨਾਲੋਂ ਜ਼ਿਆਦਾ ਲੀਡ ਦੇ ਨਾਲ ਇਸ ਹਲਕਾ ਬਲੋਕ ਨੂੰ ਪਹਿਲਾਂ 17,000 ਵੋਟ 'ਤੇ ਜਿੱਤੇ ਸੀ 17,500 ਇਹਨਾਂ ਨੇ ਸੰਕਲਪ ਕੀਤਾ ਕਿ ਉਸਨੂੰ ਡਬਲ ਕਰਕੇ ਇਸ ਵਾਰ ਇਸ ਹਲਕੇ ਨੂੰ ਕਾਂਗਰਸ ਪਾਰਟੀ ਨੂੰ ਲੀਡ ਦਿੱਤੀ ਜਾਏਗੀ ਔਰ ਕਾਂਗਰਸ ਪਾਰਟੀ ਦੇ ਵਾਸਤੇ ਅੱਜ ਕੰਪੇਨ ਅੱਜ ਤੋਂ ਪਿੰਡ ਪਿੰਡ ਵਿੱਚ ਔਰ ਇੱਕ ਸ਼ਹਿਰ ਦੇ ਮੱਲੇ ਮੱਲੇ ਇਹ ਸ਼ੁਰੂ ਕਰਦੀ ਔਰ ਜੋ ਕੁਛ ਪਿਛਲੇ 5 ਸਾਲ ਮੋਦੀ ਸਰਕਾਰ ਨੇ ਦੇਸ਼ ਦੇ ਵਿੱਚ ਲੋਕ ਵਿਰੋਧੀ ਜੋ ਕੰਮ ਕੀਤੇ ਫੈਸਲੇ ਕੀਤੇ ਉਹਨਾਂ ਬਾਰੇ ਸਾਰਿਆਂ ਨੇ ਦੱਸਿਆ ਔਰ ਇਸ ਗੱਲ 'ਤੇ ਸਾਰੇ ਪੰਜਾਬ ਔਰ ਸਾਰਾ ਦੇਸ਼ ਇਹ ਪਰੇਸ਼ਾਨ ਹੈ ਕਿ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਸੀ ਉਸਨੇ ਲੋਕ ਵਿਰੋਧੀ ਫੈਸਲੇ ਲਏ ਜਿਸ ਦੇ ਨਾਲ ਗੁਰਾਇਆ ਇੱਕ ਸਨਅਤੀ ਟਾਊਨ ਹੈ ਇੱਥੇ ਵੀ ਬਹੁਤ ਭਾਰੀ ਫਰਕ ਪਿਆ ਔਰ ਅੱਜ ਜੋ ਰਾਹੁਲ ਗਾਂਧੀ ਜੀ ਨੇ ਆਪਣਾ ਮੈਨੀਫੈਸਟੋ ਦਿੱਤਾ ਹੈ ਉਸਦੇ ਬਾਰੇ ਵੀ ਸਾਰਿਆਂ ਨੂੰ ਜਾਣਨਾ ਪਾਇਆ ਔਰ ਦੱਸਿਆ ਕਿ ਕਿਸ ਤਰ੍ਹਾਂ ਰਾਹੁਲ ਗਾਂਧੀ ਆਪਣੇ ਮੈਨੀਫੈਸਟੋ 'ਚ ਦੇਸ਼ ਦੇ 25 ਕਰੋੜ ਲੋਕਾਂ ਨੂੰ ਦੇ ਖਾਤਿਆਂ 'ਚ 72,000 ਰੁਪਈਆ ਜਦੋਂ ਸਰਕਾਰ ਬਣੇਗੀ ਔਰ 22 ਲੱਖ ਜਿਹੜੀਆਂ ਅਸਾਮੀਆਂ ਖਾਲੀ ਆ ਸਰਕਾਰੀ ਉਹਨਾਂ ਨੂੰ ਪਹਿਲੇ 6 ਮਹੀਨਿਆਂ 'ਚ ਦਿੰਦੇ ਔਰ GST ਵਰਗਾ ਜਿਹੜਾ ਕਾਲਾ ਕਾਨੂੰਨ ਸੀ ਉਸਨੂੰ ਬਦਲ ਕੇ ਔਰ ਅਨੇਕਾਂ ਜਿਹੜੇ ਸੁਧਾਰ ਹੈ ਦੇਸ਼ ਦੀ ਸਰਕਾਰ ਵਿੱਚ ਕਾਂਗਰਸ ਦੀ ਬਣੇਗੀ ਤੋਂ ਲਿਆਉਂਦੇ ਜਾਣਗੇ ਇਹ ਸਾਰੀਆਂ ਗੱਲਾਂ ਤੋਂ ਇਹਨਾਂ ਨੂੰ ਜਾਣੂ ਕਰਾਇਆ ਔਰ ਜੋ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ ਲੋਕਾਂ ਦੇ ਪੱਖ 'ਚ ਵੱਡੇ ਜਿਹੜੇ ਚਾਹੇ ਉਹ ਕਰਜ਼ਾ ਮਾਫੀ ਸੀ ਕਿਸਾਨਾਂ ਦੀ ਦਲਿਤਾਂ ਦੀ ਖੇਤ ਮਜ਼ਦੂਰਾਂ ਦੀ ਜਾਂ ਜਿਹੜਾ ਬੁਨਿਆਦੀ ਢਾਂਚੇ ਵਿੱਚ ਬੜਾ ਵੱਡਾ ਜਿਹੜਾ ਲਿਆਉਂਦਾ ਸੁਧਾਰ ਲਿਆਉਂਦਾ ਔਰ ਖਾਸ ਕਰਕੇ ਸ਼ਹਿਰਾਂ ਦੀ ਨੁਹਾਰ ਬਦਲਣ ਵਾਸਤੇ ਬਹੁਤ ਭਾਰੀਆਂ ਰਕਮਾਂ ਜਿਹੜੀਆਂ ਸਰਕਾਰ ਨੇ ਵਿਕਰਮ ਚੌਧਰੀ ਦੀ ਲੀਡਰਸ਼ਿਪ ਥੱਲੇ ਦਿੱਤੀਆਂ ਇਹ ਸਾਰੀਆਂ ਚੀਜ਼ਾਂ ਇਹ ਜਨਤਾ ਦੀ ਕਚਹਿਰੀ ਵਿੱਚ ਲਿਆਉਣਗੇ
ਔਰ ਮੈਂ ਸਮਝਦਾ ਕਿ ਬਹੁਤ ਵੱਡਾ ਇੱਥੇ ਉਤਸ਼ਾਹ ਆ ਔਰ ਫਿਲੌਰ ਹਲਕੇ 'ਚ ਬਹੁਤ ਭਾਰੀ ਲੀਡ ਦੇ ਨਾਲ ਕਾਂਗਰਸ ਪਾਰਟੀ ਦੀ ਜਿੱਤ ਹੋਈ।